ਕੁੜੇ ਵੀਰ ਭਰਮਾਨ ਦੀ ਭੈਣ ਨੂੰ ਗੇੜੇ ਦੇਈ ਜਾਂਦੀ ਆ, ਝਾੜੂ ਲਾ ਲਾ ਤੇ ਕੜ ਪੈਰ ਆਇਆ ਪਿਆ। ਪਾਣੀ ਮੰਗ ਦੇ ਕੇ ਵੀ ਰੰਗ ਲਾਤਾ ਮੈਨੂੰ, ਸੱਚੀ ਸਾਰਾ ਮੂਡ ਹੀ ਖਰਾਬ ਕਰਤਾ ਮੇਰਾ ਤਾਂ। ਤੈਨੂੰ ਰਾਤ ਨੂੰ ਵੀ ਟੇਕ ਨੀ, ਉੱਠ ਉੱਠ ਗਲਾਸ ਮੂੰਹ ਨੂੰ ਲਾਉਂਦੀ ਆ। ਸਾਰਾ ਦੁੱਧ ਹੜੱਪ ਗਈ, ਅੱਧੀ ਰਾਤ ਹੋਈ ਪਈ ਆ, ਮੈਂ ਦੁੱਧ ਕਿੱਥੋਂ ਲੈਣ ਜਾਵਾਂ? ਮੰਮੀ ਪਾਣੀ ਪੀਤਾ ਸੀ। ਨੀ ਪਾਣੀ ਪਾਪਾ ਦੁੱਧ ਚ ਰੱਖ ਦਿੰਦੀ ਆ, ਝੋਟੇ ਵਰਗੀ ਹੋਈ ਜਾਂਦੀ ਆ। ਨੀ ਸਾਡੇ ਮੈਂ ਤੇ ਮੇਰੀਆਂ ਮਾਵਾਂ ਧੀਆਂ ਦੇ ਝੱਗੇ ਟੈਟ ਕਰਾ ਕਰਾ ਪੈ ਜਾਂਦੀਆਂ, ਰਿਸੀਆਂ ਹੋ ਗਈਆਂ ਸੀ। ਕੀ ਹੋ ਗਿਆ, ਤੁਸੀਂ ਇਹ ਸਾਰੀ ਦਿਹਾੜੀ ਤੇ ਗੱਲ ਪਈ ਰਹਿਣੀ ਆ? ਸਾਰਾ ਦੁੱਧ ਪੀਤੀ। ਕੁੜੇ ਵੀਰ, ਤੇਰੇ ਨੀ ਆਲੂ ਪਿਆਜ਼ ਕੱਟਣੇ, 2:30 ਵਜੇ ਪੈਣੇ ਤੇ ਰੋਟੀ ਦਾ ਕੋਈ ਪਤਾ ਨੀ। ਐ ਕਰ ਪਹਿਲਾਂ ਦੁੱਧ ਚ ਪੱਤੀ ਪਾ ਲੈ, ਵਿੱਚ ਲੈਟੀਆਂ ਪਾ ਲੈ। ਕੁੜੀ ਦੇਖ ਲਾ ਕਿੰਨੀ ਬਿਮਾਰ ਗਈ ਆ, ਭੱਠੀ ਵਾਂਗੂ ਤਰਦੀ ਆ। ਮਰ ਜਾਣਾ ਮੈਨੂੰ ਲੱਗਦਾ ਮੈਂ ਅੱਜ, ਇੰਨਾ ਸਿਰ ਦੁੱਧ ਮੈਂ ਤੈਨੂੰ ਧੀਏ ਮੈਂ ਮਾਰਨ ਦਿੰਦੀ ਆ, ਮਰ ਸਾਡੇ ਦੋਸ਼ ਮੜ। ਇੰਗੇ ਛੇਤੀ ਦੇ ਦੇ ਮੰਮੀ, ਮੈਂ ਮਰ ਜੂ ਸੱਚੀ। ਉੱਠ ਖੜ, ਕਿੱਥੇ ਟੁੰਨ ਪੱਲੇ ਪੈ ਗਈ। ਅੱਛਾ ਵੀਰੇ ਨੂੰ ਵੀ ਆਹ ਪਸੰਦ ਆਉਣੀ ਸੀ, ਮਿੱਟੀ ਦਾ ਵੱਟੋ ਨਾ ਮੱਥੇ ਮਾਰਿਆ ਮਾਂ ਨੇ ਜੰਮ ਕੇ। ਮੰਮੀ ਇਹਨੂੰ ਪੱਤੀ ਪਾਉਣ ਨੂੰ ਕਿਹਾ, ਮੈਂ ਤਾਂ ਆਪ ਦੇ ਜੇ ਕੱਚੀ ਲੱਸੀ ਦੀ ਬਣਾ ਕੇ ਦਿੱਤੀ, ਪਾਣੀ ਵੀ ਮਨ ਠੋਕਦਾ। ਆਹੋ ਕਿੰਨੀ ਭੈੜੀ ਚਾਹ ਬਣਾ ਕੇ ਦਿੱਤੀ ਆ। ਸਵੀਰ ਵਾਲਾ ਪਾਣੀ ਕਰਕੇ ਮੱਥੇ ਮਾਰਿਆ ਨੀ ਵੀਰੇ? ਹਾਂ ਗਿਆ ਤੂੰ ਲੈ ਮੇਰੇ ਪਾਣੀ। ਕਰਨ ਦੇ ਭਾਈ ਨੂੰ
ਮੈਂ ਦੇਖੋ ਰੜੀ ਦੀ ਸਬਜ਼ੀ ਕਿਤੇ ਸਵਾਦ ਨਾ ਰੋਜ਼ ਤੂੰ ਨਹੀਂ ਬਣਾਉਂਦੀ ਆ ਐਨੀ ਸਵਾਦ ਬਣਾਉਂਗੀ ਨਾ ਵੀਰੇ ਨਜ਼ਾਰੇ ਆ ਜਾਣੇ ਆ ਕਰ ਲਾ ਪੁੱਤਾ ਕਰ ਲਾ ਧੀਆ ਦੇਖਾ ਦੇਖ ਮੰਨਦੇ ਆ ਜੀ ਆ
ਉਹ ਪਸੇਦਾ ਪੰਨਾ ਉਹ ਡੈਡੀ ਗਰਮੀ ਬਹੁਤ ਲੈਟ ਭੱਜੀ ਹੋਈ ਆ ਉਹ ਕਿਧਰ ਮੰਮੀ ਆ ਗਏ ਵੀਰੇ ਅਬੇ ਉਹ ਕਿੱਥੇ ਗਏ ਸਾਨੂੰ ਖਬਰਾਂ ਕਿੱਥੇ ਆ ਪਤਾ ਨਹੀਂ ਵੀਰੇ ਇੱਥੇ ਸੀ ਵੇਖ ਲੈ ਜਿੱਥੇ ਪਏ ਹੋਣਗੇ ਮੈਂ ਕੰਮ ਕਰ ਦਿੱਤਾ ਜੀ ਮੰਮੀ ਕੰਮ ਕਰਨ ਵਿੱਚ ਬਿਮਾਰ ਹੋ ਗਿਆ ਜੀ ਵੀਰੇ ਮੈਨੂੰ ਨਹੀਂ ਪਤਾ ਮੰਮੀ ਨੂੰ ਪੁੱਛ ਲਾ ਬੇ ਉਹ ਨਹੀਂ ਤੇਰੀ ਪਾਨ ਦੀ ਬੇਗੀ ਕੰਮ ਕਰਦੀ ਹਾਂ ਉਹ ਕੰਮ ਕਰਦੇ ਬੇਚਾਰੀ ਯਾਰ ਤੈਨੂੰ ਸ਼ਰਮ ਸ਼ਰਮ ਹੈ ਮਾੜੀ ਮੋਟੀ ਯਾਰ ਤੂੰ ਕਿਵੇਂ ਪਈ ਆ ਦੱਸ ਉਹ ਕੰਮ ਕਰਨ ਲੱਗੇ ਪਏ ਨੇ ਸਾਰੇ ਨਹੀਂ ਤਬੀਅਤ ਨਹੀਂ ਸੀ ਠੀਕ ਦਵਾਈ ਲੈ ਕੇ ਗਈ ਮੈਂ ਕਰਦੀ ਸੀ ਕੰਮ ਦੀਦੀ ਕਹਿੰਦੀ ਮੈਂ ਕਰ ਲੈਣੀ ਤੂੰ ਆਰਾਮ ਕਰ ਲੈ ਯਾਰ ਇਹ ਕੀ ਮਤਲਬ ਆ ਉਹ ਕਹਿੰਦੇ ਮੈਂ ਦੁਪਹਿਰੇ ਦੇਖਿਆ ਜਦੋਂ ਮੈਂ ਆ ਉਹਦੇ ਵੀ ਉਹਨੇ ਕਹਿਤਾ ਤੇਰੇ ਪਿਆਰ ਹੱਥੋਂ ਛਡਾਏ ਉਹਨੇ ਕੱਟਦੀ ਜਦੋਂ ਇਹਦਾ ਮਤਲਬ ਕੀ ਆ ਵੀ ਉਹ ਕਹਿਣਗੇ ਤਾਂ ਤੂੰ ਕਰਨ ਕੰਮ ਨਹੀਂ ਮੈਂ ਕੀਤਾ ਕੰਮ ਮੈਂ ਹੁਣੇ ਪਈ ਆ ਚੱਲ ਤੂੰ ਯਾਰ ਐਵੇਂ ਡਾਂਗਾ ਨਾ ਖੜੀ ਕਦੇ ਚੁੱਪ ਕਰਕੇ ਉਧਰ ਚੱਲ ਕਿਵੇਂ ਕੱਪੜੇ ਖਿਲਾਉਂਦੀ ਜਾਂਦੀ ਆ ਸਾਬਣ ਸਸਤਾ ਤੈਨੂੰ ਮੱਤ ਦਿੱਤੀ ਹੈ ਤੇਰੀ ਮਾਂ ਨੇ ਕਿ ਨਹੀਂ ਗਲਤੀਆਂ ਹੋ ਰਹੀਆਂ ਹੁੰਦੀਆਂ ਰਹਿੰਦੀਆਂ ਨੇ ਤੂੰ ਘਰੋਂ ਹੀ ਨਿਕਲ ਜਾ ਮੈਂ ਤਾਂ ਮੁੰਡਾ ਹੀ ਹੋਰ ਪਿਆ ਨਾ ਸੁਣਦੀ ਲੱਗ ਤੂੰ ਮੈਂ ਨੀ ਰੱਖ ਸਕਦੀ ਤੈਨੂੰ ਮੁੰਡਾ ਹੋਰ ਪਿਆ ਤੂੰ ਅੱਜ ਮੈਨੂੰ ਕਿਵੇਂ ਮਾਰਿਆ ਬੈਠ ਕੁੜੀ ਉੱਧਰ ਤੈਨੂੰ ਤੈਨੂੰ ਤਾਂ 2 ਸਾਲ ਪਹਿਲਾਂ ਪਟਣਾ ਚਾਹੀਦਾ ਸੀ ਮੈਨੂੰ ਨਹੀਂ ਪੌੜੀ ਤੂੰ ਮੈਨੂੰ ਮੈਂ ਕਿਹਾ ਨਹੀਂ ਮਾਨੂੰ ਸਾਮਾਰੇ ਡੇੜੀ ਨਾ ਮਾਰੋ ਸਾਮਾਰੇ ਡੇੜੀ ਨਾ ਮਾਰੋ ਕੀ ਗੱਲ ਹੋ ਗਈ ਗੰਦ ਹੋ ਗਈ ਤੈਨੂੰ ਪਤਾ ਹੀ ਨਹੀਂ ਹੈ ਸਾਰੀ ਉਮਰ ਨਹੀਂ ਕੀ ਤੇਰੀ ਤੈਨੂੰ ਪਤਾ ਨਹੀਂ ਘਰੇ ਕੀ ਹੁੰਦਾ ਦੋਨੇ ਮਾਵਾਂ ਧੀਆਂ ਬੈਠੇ ਨੇ ਵਿਚਾਰੀ ਦੀ ਕੁੜੀ ਦੀ ਬੱਸ ਕਰਾਤੇ ਨੇ ਰੋਜ਼ ਕੰਮ 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 ਸਾਰਾ ਕੰਮ ਇਹੀ ਕਰਦੀ ਆ ਇਹ ਨਹੀਂ ਕਰਦੀਆਂ ਮੇਰਾ ਗਲ ਘੁੱਟਦੇ ਸਿਰ ਘੁੱਟਦੇ ਲੱਤਾਂ ਘੁੱਟਦੇ ਇਹਨਾਂ ਮੈਂ ਤਾਂ ਕਿਹਾ ਜੀ ਕੁੜੀ ਗਲ ਘੁੱਟ ਇਹਨਾਂ ਦਾ ਲੱਤਾਂ ਕੀ ਘੁੱਟਣੇ ਇਹਨਾਂ ਦੀਆਂ ਨਹੀਂ ਪਾਪਾ ਜੀ ਮੈਨੂੰ ਗਾਲਾਂ ਕੱਢਦੀ ਨੀ ਮਾਂ ਮੈਨੂੰ ਮਾਂ ਸਮਝਿਆ ਨਾ ਇਹ ਵੀ ਸਮਝੇਗਾ ਤੈਨੂੰ ਇਹ ਵੀ ਸਮਝੇ ਧੀ ਤੈਨੂੰ ਤੈ ਤਾਂ ਸਮਝਿਆ ਹੁਣ ਮੈਂ ਤਾਂ ਅੱਖੀ ਦੇਖਦਾ ਰੋਜ਼ ਤੂੰ ਵੀ ਆ ਜਾਣਾ ਤੂੰ ਵੀ ਇਹਨੂੰ ਗਾਲਾਂ ਕੱਢਣ ਲੱਗ ਜਾਣਾ ਮੈਨੂੰ ਕੀ ਪਤਾ ਡੈਡੀ ਕੀ ਹੋ ਰਿਹਾ ਕੋਈ ਗੱਲ ਧੀ ਗਲਤੀ ਹੋ ਗਈ ਪੁੱਤ ਕੰਮ ਤਾਂ ਸਾਰਾ ਇਹੀ ਕਰਦੀ ਆ ਅੱਜ ਤਾਂ ਜਾਣ ਬੁੱਝ ਕੇ ਤੇਰੇ ਨਾਲ ਕਰਦੀ ਹਾਂ ਵੀਰੇ ਮੰਮੀ ਦਾ ਪਿੱਛੇ ਲੱਗ ਕੇ ਮੈਂ ਵੀ ਭਾਬੀ ਨੂੰ ਤੰਗ ਕਰਦੀ ਸੀ ਮੰਮੀ ਨੂੰ ਮਾਫ਼ ਕਰ ਦੀ ਭਾਬੀ ਨਹੀਂ ਦੀਦੀ ਇਹੋ ਜਿਹੀ ਕੋਈ ਗੱਲ ਨੀ ਸੱਸਾਂ ਨੂੰ ਕਪੱਤੀਆਂ ਨੀ ਬਣਨਾ ਚਾਹੀਦਾ ਨੂੰਹ ਨੂੰ ਵੀ ਆਪਣੀ ਧੀ ਸਮਝਣਾ ਚਾਹੀਦਾ ਤਾਂ ਹੀ ਘਰ ਵਸਦੇ ਨੇ ਜੇ ਨੂੰਹ ਨੂੰ ਧੀ ਸਮਝੋਗੇ ਤਾਂ ਘਰ ਵਸਦੇ ਨਹੀਂ ਤਾਂ ਘਰ ਉੱਜੜੇ ਜਾਂਦੇ ਨੇ ਕੋਈ ਨਾ ਪੁੱਤ ਅੱਜ ਤੇ ਬਸ ਸਾਰ ਘਰ ਤੇਰਾ ਅਸੀਂ ਤਾਂ ਬੈਠ ਕੇ ਰੋਟੀ ਖਾਣ ਵਾਲੇ ਹਾਂ ਗਲਤੀ ਮਾਫ਼ ਕਰੀ ਤੈ ਵੀ ਅੱਜ ਤੱਕ ਉਸ ਨੀ ਕੁੜੀ ਨੂੰ ਬੋਲਣਾ ਹੋਊ ਨਹੀਂ ਮੰਮੀ ਮੈਂ ਤਾਂ ਤੁਹਾਡੇ ਪਿੱਛੇ ਲੱਗ ਕੇ ਕਹਿੰਦੀ ਸੀ ਬਸ ਕੁੜੀ ਨੂੰ ਮੁੰਡਾ ਦੇਖ ਇਹਨੂੰ ਇਹਦੇ ਘਰ ਤੋਰ ਆਪਾਂ ਆਪਣੇ ਘਰ ਰਾਜੀ ਇਹ ਆਪਣੇ ਘਰ ਰਾਜੀ ਗਾਹਾਂ ਜਾ ਕੇ ਕਦੇ ਵੀ ਕੁੜੀਏ ਗਾਹਾਂ ਉਹ ਉਹ ਘਰ ਤੇਰਾ ਇਹ ਘਰ ਇਹਦਾ ਇਹ ਤੇਰਾ ਘਰ ਨਹੀਂ ਹੈਗਾ ਉਹ ਘਰ ਗਾਹਾਂ ਜਿੱਥੇ ਜਾਣਾ ਉਹ ਘਰ ਤੇਰਾ ਹੋਊ ਇਹ ਘਰ ਇਹਦਾ ਹੁਣ ਆਪਣੇ ਚਾਰ ਤਾਂ ਮੈਂਬਰ ਆ ਮੰਮੀ ਖੁਸ਼ ਨਹੀਂ ਰਹਿ ਸਕਦੇ ਆਪਾਂ ਬਸ ਪੁੱਤ ਗਲਤੀ ਹੋ ਗਈ ਜਿਹੜੀ ਇਹ ਜਵਾਕੜੀ ਨਾਲ ਅਸੀਂ ਹੁਣ ਤੱਕ ਕਰਦੇ ਆਏ ਹਾਂ ਸਾਨੂੰ ਮਾਫ਼ ਕਰੀ ਅਸੀਂ ਤੇਰੇ ਕੋਲ ਦੋ ਦੋ ਰੁੱਤੀਆਂ ਲਾਈਆਂ ਨੇ ਝੂਠ ਪਾਣ ਬੋਲਿਆ ਪਰ ਇਹੋ ਜਿਹਾ ਕਦੇ ਵੀ ਸੱਸ ਨੂੰ ਸਲੂਕ ਕਰਨਾ ਨਹੀਂ ਚਾਹੀਦਾ ਰੱਬ ਕੋ ਤਾਂ ਨਹੀਂ ਲਾ ਸਕਦੀ ਰੁੱਤੀਆਂ ਉਹ ਤਾਂ ਦੇਖਦਾ ਚਲੋ ਡੈਡੀ ਬਸ ਹੁਣ ਛੱਡੋ ਰੱਖ ਕੇ ਰਿਆ ਦੋ ਹੁਣ ਬਸ ਹੁਣ ਅੱਜ ਤੋਂ ਆਪਾਂ ਸਾਰੇ ਜਣੇ ਇੱਕੋ ਵਾਅਦਾ ਕਰੋ ਕਿ ਆਪਾਂ ਸਾਰੇ ਰਲ ਕੇ ਰਵਾਂਗੇ ਰਲ ਕੇ ਰੋਟੀ ਖਾਂਦੇ ਆ ਹੁਣ ਚਲੋ ਖੁਸ਼ ਰਹੋ ਸਾਰੇ